ਜਾਗ ਮਹਿਨਾਤੀ ਜਾ ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਤਰੇ ਸੁਹਾਗਣੀ ਕਰਮ ਕਮਾਮ ਦੀਆਂ ਸੇਈ ਕਰਮ ਕਰੇ ਸਹਿਜੇ ਸੱਚ ਮਿਲਾਵੜਾ ਸੱਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਏ ਰਹਾਉ ਲੱਖ ਚੌਰਾਸੀ ਫੇਰ ਪਿਆ ਕਾਮਣ ਦੂਜੈ ਭਾਏ ਬਿਨ ਗੁਰ ਨੀਂਦ ਨਾ ਆਵੇ ਦੁਖੀ ਰਹਿਣ ਬਿਹਾਏ ਬਿਨ ਸ਼ਬਦੈ ਫਿਰ ਨਾ ਪਾਈਐ ਬਿਰਥਾ ਜਨਮ ਗਵਾਏ ਹੋਂ ਹੋਂ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ ਅੰਧੀ ਨਾਮ ਨਾ ਚੇਤਈ ਸਭਾ ਦੀ ਜਮਕਾਲ ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸੰਭਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਮੰਤਨ ਰਾਤਾ ਰੰਗ ਸਿਉਂ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉਤਰੈ ਜੋ ਹਰ ਤੁਰ ਛੋਡਿਆ ਲਾਏ ਸਤਿਗੁਰੂ ਸੱਚੇ ਪਾਤਸ਼ਾਹ ਆਮ ਜਗਿਆਸੂ ਜੀਵਾਂ ਲਈ ਬੜੀ ਸੁੰਦਰ ਪ੍ਰੇਰਨਾ ਦਿੰਦੇ ਹਨ ਕਿਉਂਕਿ ਮਨੁੱਖ ਆਪਣੇ ਮਨ ਦੇ ਪਿੱਛੇ ਲੱਗ ਕੇ ਕਈ ਤਰ੍ਹਾਂ ਦੇ ਕਰਮ ਕਾਂਡ ਕਰਦੇ ਹਨ ਕਈ ਤਰ੍ਹਾਂ ਦੇ ਅਡੰਬਰ ਕਰਦੇ ਹਨ ਜਿਵੇਂ ਆਮ ਇੱਕ ਮੁਹਾਵਰਾ ਵੀ ਹੈ ਕਿ ਗੁਰੂ ਬਿਨਾਂ ਗਤ ਨਹੀਂ ਸ਼ਾਹ ਬਿਨਾਂ ਪਤ ਨਹੀਂ ਮਾਰਗ ਦਰਸ਼ਕ ਤੋਂ ਬਿਨਾਂ ਹਰ ਸਵਾਲ ਔਖਾ ਹੈ ਜਦੋਂ ਅਸੀਂ ਆਮ ਬਚਪਨ ਵਿੱਚ ਵਿਦਿਆਰਥੀ ਦੇ ਜੀਵਨ ਵਿੱਚ ਪੜ੍ਹਦੇ ਸੁਣਦੇ ਹਾਂ ਤਾਂ ਅਕਸਰ ਇਹ ਕਿਹਾ ਜਾਂਦਾ ਜੀ ਇਹ ਸਵਾਲ ਬੜਾ ਔਖਾ ਹੈ ਪਰ ਜਦੋਂ ਟੀਚਰ ਉਸ ਸਵਾਲ ਨੂੰ ਹੱਲ ਕਰਨ ਦਾ ਤਰੀਕਾ ਦੱਸ ਦਿੰਦਾ ਢੰਗ ਦੱਸ ਦਿੰਦਾ ਮੈਥਡ ਸਮਝਾ ਦਿੰਦਾ ਉਹੀ ਔਖਾ ਸਵਾਲ ਸੌਖਾ ਹੋ ਜਾਂਦਾ ਸੱਚਮੁੱਚ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਹੁਣ ਵਾਰ ਵਾਰ ਦੱਸਣਾ ਇਸ ਲਈ ਜ਼ਰੂਰੀ ਹੈ ਕਿ ਆਮ ਜਗਿਆਸੂਆਂ ਨੂੰ ਗੁਰਬਾਣੀ ਦੀਆਂ ਲਗਾ ਮਾਤਰਾ ਦੇ ਬਾਰੇ ਵਿੱਚ ਉਹ ਗਿਆਨ ਨਹੀਂ ਜੋ ਹੋਣਾ ਚਾਹੀਦਾ ਇੱਕ ਪਾਸੇ ਇਹ ਮੁਸ਼ਕਲ ਹੈ ਕਿ ਆਮ ਸੰਗਤਾਂ ਨੂੰ ਗੁਰਬਾਣੀ ਦੇ ਲਗਾ ਮਾਤਰਾ ਦਾ ਗਿਆਨ ਨਹੀਂ ਦੂਜੇ ਪਾਸੇ ਇਹ ਵੀ ਮੁਸ਼ਕਲ ਹੈ ਕਿ ਕੁਝ ਸੱਜਣ ਇਹ ਗੱਲ ਕਹਿੰਦੇ ਸੁਣੇ ਜਾਂਦੇ ਹਨ ਕਿ ਗੁਰਬਾਣੀ 'ਤੇ ਕੋਈ ਵਿਆਕਰਨ ਲਾਗੂ ਨਹੀਂ ਹੁੰਦਾ ਇਸ ਗੱਲ ਨੇ ਹੋਰ ਵੀ ਆਮ ਸਧਾਰਨ ਪ੍ਰੇਮੀਆਂ ਨੂੰ ਭੰਬਲ ਭੂਸੇ ਵਿੱਚ ਪਾ ਦਿੱਤਾ ਪਰ ਜਦੋਂ ਕਿ ਧਿਆਨ ਨਾਲ ਦੇਖੀਏ ਤਾਂ ਭਗਤ ਅੱਖਰ ਗੁਰਬਾਣੀ 'ਚ ਤਿੰਨ ਰੂਪਾਂ ਵਿੱਚ ਆਮ ਮਿਲਦਾ ਪੱਬਾ ਗੱਗਾ ਤੱਤੇ ਨੂੰ ਔਂਕੜ ਭਗਤ ਪੱਬਾ ਗੱਗਾ ਤੱਤਾ ਮੁਕਤਾ ਭਗਤ ਪੱਬਾ ਗੱਗਾ ਤੱਤੇ ਨੂੰ ਸਿਹਾਰੀ ਭਗਤ ਇਹ ਕੋਈ ਮਨੋਕਲਪਿਤ ਗੱਲ ਨਹੀਂ ਮੈਂ ਕਰ ਰਿਹਾ ਅਤੇ ਨਾ ਹੀ ਕਿਸੇ ਹੋਰ ਵਿਦਵਾਨ ਨੇ ਕੀਤੀ ਹੈ ਅਤੇ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਤਾਂ ਜਦੋਂ ਭਗਤ ਦੇ ਤੱਤੇ ਨੂੰ ਔਂਕੜ ਹੋਵੇਗਾ ਉਹ ਸਿੰਗੂਲਰ ਇੱਕ ਵਚਨ ਇੱਕ ਭਗਤ ਦੀ ਗੱਲ ਹੈ ਅਤੇ ਉਹੀ ਭਗਤ ਦਾ ਜਦੋਂ ਤੱਤਾ ਮੁਕਤਾ ਹੋ ਜਾਏਗਾ ਭਾਵ ਔਂਕੜ ਰਹਿਤ ਹੋ ਜਾਏਗਾ ਫਿਰ ਉਹ ਪਲੂਰਲ ਬਹੁ ਵਚਨ ਬਹੁਤੇ ਭਗਤਾਂ ਲਈ ਹੋਵੇਗਾ ਤਾਂ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ ਉਚਾਰਨ ਇਸ ਦਾ ਵੀ ਭਗਤ ਹੈ ਪਰ ਅਰਥ ਇਹਦੇ ਭਗਤੀ ਹਨ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਰੇ
ਗੁਰ ਬਿਨ ਭਗਤ ਨਾ ਹੋਏ। ਹੇ ਭਾਈ, ਗੁਰ ਬਿਨ ਦਾ ਮਤਲਬ ਗੁਰੂ ਦੇ ਦੱਸੇ ਰਸਤੇ ਤੋਂ ਬਿਨਾਂ, ਗੁਰੂ ਦੇ ਦੱਸੇ ਹੋਏ ਢੰਗ ਤਰੀਕੇ ਤੋਂ ਬਿਨਾਂ ਉਸ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਬਿਨ ਗੁਰ ਭਗਤ ਨਾ ਪਾਈ ਹੈ ਜੇ ਲੋਚੈ ਸਭ ਕੋਏ। ਸਭ ਕੋਏ ਦਾ ਮਤਲਬ ਹਰ ਮਨੁੱਖ ਜੇ ਚਾਹੇ ਕਿ ਮੈਂ ਆਪਣੀ ਸਮਝ ਦੇ ਮੁਤਾਬਕ ਭਗਤੀ ਕਰ ਲਵਾਂ, ਉਹ ਯਤਨ ਤਾਂ ਕਰੇਗਾ ਪਰ ਉਸਦੇ ਯਤਨ ਫਲੀਭੂਤ ਨਹੀਂ ਹੋਣਗੇ, ਕਿਉਂਕਿ ਉਸ ਨੂੰ ਤਰੀਕਾ ਨਹੀਂ ਆਉਂਦਾ, ਉਸ ਨੂੰ ਢੰਗ ਨਹੀਂ ਆਉਂਦਾ। ਇਸ ਲਈ ਗੁਰੂ ਕੋਲੋਂ ਹਮੇਸ਼ਾ ਢੰਗ ਜਾਚ ਸਿੱਖਣੀ ਪੈਂਦੀ, ਚਾਹੇ ਕੋਈ ਟੈਕਨੀਕਲ ਕੰਮ ਹੋਵੇ, ਚਾਹੇ ਕੋਈ ਵਿੱਦਿਆ ਦਾ ਕੰਮ ਹੋਵੇ, ਚਾਹੇ ਭਗਤੀ ਦਾ ਕੰਮ ਹੋਵੇ, ਭਾਵ ਗੁਰੂ ਤੋਂ ਮਾਰਗ ਦਰਸ਼ਨ ਤੇ ਲੈਣਾ ਹੀ ਪੈਂਦਾ। ਜੇ ਲੋਚੈ ਸਭ ਕੋਈ, ਜੇ ਹਰ ਮਨੁੱਖ ਚਾਹੇ ਕਿ ਮੈਂ ਆਪਣੇ ਆਪ ਭਗਤੀ ਕਰ ਲਵਾਂ, ਮੈਂ ਇਹਦੇ ਵਿੱਚ ਸਫਲਤਾ ਹਾਸਲ ਕਰ ਲਵਾਂ, ਤਾਂ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਬਿਨ ਗੁਰ ਭਗਤ ਨਾ ਪਾਈਐ। ਬਿਨਾਂ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲਿਆ ਭਗਤੀ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਲੋਚੈ ਸਭ ਕੋਏ, ਜੇ ਹਰ ਕੋਈ ਚਾਹੇ ਕਿ ਮੈਂ ਆਪਣੇ ਆਪ ਭਗਤੀ ਕਰ ਲਵਾਂ, ਤਾਂ ਇਹ ਰਹਾਉ ਦੀ ਪੰਗਤੀ ਸਾਨੂੰ ਸਾਵਧਾਨ ਕਰਦੀ ਹੈ, ਸਾਨੂੰ ਪ੍ਰੇਰਨਾ ਕਰਦੀ ਹੈ। ਭਾਈ, ਜੇ ਇਸ ਮਾਰਗ 'ਤੇ ਚੱਲਣਾ ਹੈ ਤਾਂ ਫਿਰ ਸਾਨੂੰ ਇਹਦਾ ਵੱਲ, ਇਹਦੀ ਜੁਗਤੀ, ਇਹਦਾ ਜਾਚ ਸਿੱਖਣੀ ਪਵੇ। ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ। ਲਓ ਹੁਣ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਜਿਸ ਜੀਵ ਇਸਤਰੀ ਨੂੰ ਇਹ ਦ੍ਰਿੜ ਹੋ ਜਾਂਦਾ, ਪਤਾ ਹੋ ਜਾਂਦਾ ਕਿ ਮੇਰਾ ਪਤੀ ਉਹ ਪਰਮੇਸ਼ੁਰ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਦੇਖੋ, ਸਾਨੂੰ ਦੁਨਿਆਵੀ ਤੌਰ 'ਤੇ ਵੀ ਗੁਰਬਾਣੀ ਅਗਵਾਈ ਬਖਸ਼ਦੀ ਹੈ, ਕਿਉਂਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਬਚਨ ਹੈ, ਤਨ ਪਿਰ ਇਹ ਨਾ ਆਖੀਹਨ, ਬਹਿਨ ਇਕੱਠੇ ਹੋਏ। ਏਕ ਜੋਤ ਦੋਏ ਮੂਰਤੀ, ਤਨ ਪਿਰ ਕਈਆਂ ਸੋਏ। ਤਨ ਕਹਿੰਦੇ ਨੇ ਇਸਤਰੀ ਨੂੰ, ਪਿਰ ਕਹਿੰਦੇ ਨੇ ਪਤੀ। ਜੇ ਕੋਈ ਔਰਤ ਆਦਮੀ ਇਕੱਠੇ ਬਹਿ ਜਾਣ, ਉਹ ਅਸਲੀ ਤਨ ਪਿਰ ਨਹੀਂ ਬਣਦੇ। ਤੁਸੀਂ ਆਖੋਗੇ ਤਨ ਪਿਰ ਕਦੋਂ ਬਣਦੇ ਨੇ? ਜਦੋਂ ਏਕ ਜੋਤ ਦੋਏ ਮੂਰਤੀ, ਤਨ ਪਿਰ ਕਈਆਂ ਸੋਏ। ਜਦੋਂ ਦੇਖਣ ਨੂੰ ਉਹਨਾਂ ਦੀਆਂ ਦੋ ਹਸਤੀਆਂ, ਦੋ ਸਰੀਰ, ਦੋ ਵਜੂਦ ਹੋਣ ਪਰ ਅੰਦਰੋਂ ਇਕਮਿਕਤਾ ਹੋਵੇ। ਇਹ ਇਕਮਿਕਤਾ ਕਦੋਂ ਹੁੰਦੀ ਹੈ? ਜਦੋਂ ਇੱਕ ਇਸਤਰੀ ਪਤੀ ਨੂੰ ਆਪਣਾ ਪਤੀ ਜਾਣ ਲੈਂਦੀ। ਇਹੋ ਤਾਂ ਦੁਨੀਆ ਵਿੱਚ ਪੁਰਸ਼ ਵੀ ਬਥੇਰੇ ਹਨ, ਇਸਤਰੀਆਂ ਵੀ ਬਥੇਰੀਆਂ ਹਨ, ਪਰ ਦੇਖੋ ਸਾਡੇ ਸਮਾਜ ਦੀ ਮਰਿਆਦਾ ਹੈ, ਜਿਸ ਨੂੰ ਸਿੱਖ ਧਰਮ ਵਿੱਚ ਆਨੰਦ ਕਾਰਜ ਕਿਹਾ ਜਾਂਦਾ। ਔਰ ਆਨੰਦ ਕਾਰਜ ਵਿੱਚ ਇੱਕ ਬੱਚੀ ਬੱਚੇ ਦਾ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦਾ। ਉਹਨਾਂ ਨੂੰ ਇਹ ਸਾਰੀ ਸਿੱਖਿਆ ਦਿੱਤੀ ਜਾਂਦੀ ਹੈ, ਵੀ ਬਾ ਅੱਜ ਤੋਂ ਇਹ ਤੇਰੇ ਪਤੀ ਥਾਪੇ ਗਏ ਹਨ। ਹੇ ਭਾਈ, ਇਹ ਬੀਬੀ ਅੱਜ ਤੋਂ ਤੇਰੀ ਧਰਮ ਪਤਨੀ, ਤੇਰੀ ਜੀਵਨ ਸਾਥਣ, ਤੇਰੀ ਲਾਈਫ ਪਾਰਟਨਰ ਥਾਪੀ ਗਈ। ਇੱਕ ਸਾਡੀ ਸਮਾਜਿਕ ਮਰਿਆਦਾ ਵਿੱਚ ਇਉਂ ਦੋ ਜੀਆਂ ਨੂੰ ਬੰਨਿਆ ਜਾਂਦਾ, ਜੋੜਿਆ ਜਾਂਦਾ ਇੱਕ ਰਾਹ 'ਤੇ ਚੱਲਣ ਲਈ, ਉਹਨੂੰ ਗ੍ਰਸਥ ਮਾਰਗ ਕਹਿੰਦੇ ਨੇ। ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਇੱਕ ਜੀਵ ਇਸਤਰੀ ਆਪਣਾ ਪਤੀ ਜਾਣ ਲੈਂਦੀ ਹੈ, ਇਹ ਭਾਵਨਾ ਹਰ ਪੁਰਸ਼ ਲਈ ਨਹੀਂ ਹੋ ਸਕਦੀ। ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ, ਫਿਰ ਆਪਣਾ ਮਨ ਵੀ ਉਸਦੇ ਹਵਾਲੇ ਕਰ ਦਿੰਦੀ ਅਤੇ ਆਪਣਾ ਤਨ ਵੀ ਉਸਦੇ ਹਵਾਲੇ ਕਰ ਦਿੰਦੀ। ਹੁਣ ਇਹ ਸੂਖਸ਼ਮ ਗੱਲਾਂ ਹਨ, ਜਦੋਂ ਮਨ ਕਿਸੇ ਦੇ ਹਵਾਲੇ ਕਰ ਦੇਈਏ ਫਿਰ ਮਨ ਹੋਰ ਕਿਸੇ ਪਾਸੇ ਸੋਚਣ ਤੋਂ ਅਸਮਰਥ ਹੋ ਜਾਂਦਾ। ਔਰ ਇਸੇ ਤਰ੍ਹਾਂ ਜਿਹੜਾ ਤਨ ਹੈ, ਇਹ ਜਿਹੜੀਆਂ ਗਿਆਨ ਇੰਦਰੀਆਂ ਹਨ, ਕਰਮ ਇੰਦਰੀਆਂ ਹਨ,
ਇਹ ਵੀ ਫਿਰ ਹੋਰ ਕਿਸੇ ਪਾਸੇ ਨਹੀਂ ਜਾਂਦੀ। ਇਹ ਹੈ ਇਕਮਿਕਤਾ ਦੀ ਅਵਸਥਾ, ਮਨ ਨੂੰ ਵੇਚ ਦੇਣਾ ਭਾਵ ਮਨ ਹਵਾਲੇ ਕਰ ਦੇਣਾ। ਤਨ ਜੇ ਸਾਡੇ ਗਿਆਨ ਇੰਦਰੇ ਹਨ, ਕਰਮ ਇੰਦਰੇ ਹਨ, ਇਹਨਾਂ ਨਾਲ ਵੀ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਪਾਸੇ ਵੱਲ ਧਿਆਨ ਨਹੀਂ ਕੀਤਾ ਜਾ। ਪਰ ਇਹ ਹੁੰਦਾ ਕਦੋਂ ਹੈ? ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ, ਸੋਹਾਗਣੀ ਕਰਮ ਕਮਾਵਦੀਆਂ ਸੇਈ ਕਰਮ ਕਰੇ। ਜਿਹੜੀਆਂ ਸੁਹਾਗਣ ਇਸਤਰੀਆਂ ਫਿਰ ਕਰਮ ਕਮਾਉਂਦੀਆਂ ਹਨ, ਉਹੋ ਜਿਹੇ ਕਰਮ ਉਹ ਜੀਵ ਇਸਤਰੀ ਕਮਾਉਂਦੀ ਹੈ। ਸੇਈ ਕਰਮ ਕਰੇ ਭਾਵ ਉਹਨਾਂ ਵਰਗੇ ਆਪਣੇ ਜੀਵਨ ਵਿੱਚ ਗੁਣ ਧਾਰਨ ਕਰ। ਕਦੇ ਸ਼ਬਦ ਹਜ਼ਾਰੇ ਬਾਣੀ ਪੜ੍ਹੋ, ਉਸ ਵਿੱਚ ਪਾਤਸ਼ਾਹ ਕਿਤਨਾ ਸੁੰਦਰ ਫੁਰਮਾ ਦੇਣ। ਜਾਏ ਪੁੱਛੋ ਸੁਹਾਗਣੀ ਵਾਹ ਹੈ ਕਿੰਨੀ ਬਾਤੀ ਸ਼ਹਿ ਪਾਈ ਹੈ, ਜੋ ਕੁਝ ਕਰੇ ਸੋ ਭਲਾ ਕਰਮਾਨੀ ਹੈ, ਹਿਕਮਤ ਹੁਕਮ ਚੁਕਾਈਏ, ਜਾ ਕੇ ਪ੍ਰੇਮ ਪਦਾਰਥ ਪਾਈਏ ਤਉ ਚਰਨੀ ਚਿਤਲਾਈਏ, ਸ਼ਹਿ ਕਹਿ ਸੁਕੀ ਜੈ ਤਨ ਮਨੋ ਦੀ ਜੈ। ਇਸ ਤਰ੍ਹਾਂ ਜਦੋਂ ਤਨ ਮਨ ਅੱਗੇ ਧਰ ਕੇ ਭਾਵ ਅਰਪਣ ਕਰ ਦੇਣਾ, ਫਿਰ ਉਹ ਸੁਹਾਗਣੀ ਕਰਮ ਕਮਾਉਂਦੀਆਂ, ਜੋ ਸੁਹਾਗਣੀ ਇਸਤਰੀਆਂ ਕਰਮ ਕਮਾਉਂਦੀਆਂ ਨੇ, ਸੇਈ ਕਰਮ ਕਰੇ। ਸਹਿਜੇ ਸਾਚ ਮਿਲਾ ਵੜਾ ਸਾਚ ਵਡਾਈ ਦੇ। ਸਹਿਜੇ ਦਾ ਮਤਲਬ ਹੈ ਸਹਿਜ ਸੁਭਾਏ। ਇਉਂ ਤਨ ਮਨ ਅਰਪਣ ਕਰਨ ਦੇ ਨਾਲ, ਆਪਣੀ ਹਉਮੈ ਚਤੁਰਾਈ ਤਿਆਗਣ ਦੇ ਨਾਲ, ਸਹਿਜੇ ਸਾਚ ਮਿਲਾ ਵੜਾ, ਪਤਾ ਵੀ ਨਹੀਂ ਲੱਗਦਾ। ਸਾਚ ਦੇ ਚੱਚੇ ਨੂੰ ਸਿਆਰੀ ਹੈ, ਸੱਚੇ ਮਾਲਕ ਦੇ ਨਾਲ ਉਸਦਾ ਮੇਲ ਹੋ ਜਾਂਦਾ, ਭਾਵ ਉਹ ਤਨ ਮਨ ਕਰਕੇ ਪਰਮਾਤਮਾ ਨੂੰ ਸਮਰਪਿਤ ਹੋ ਜਾਂਦੀ। ਔਰ ਸਾਚ ਵਡਾਈ ਦੇ, ਫਿਰ ਉਸਨੂੰ ਸੱਚੀ ਵਡਿਆਈ, ਸੱਚਾ ਮਾਣ ਉਹ ਪਰਮਾਤਮਾ ਪਤੀ ਬਖਸ਼ਦਾ। ਜਿਵੇਂ ਇੱਕ ਦੁਨਿਆਵੀ ਪਤੀ ਆਪਣੀ ਪਤਨੀ ਨੂੰ ਆਪਣਾ ਆਪ ਸਮਰਪਿਤ ਕਰ ਦਿੰਦਾ, ਪਰ ਇਹ ਉਹਦੇ ਸਮਰਪਣ ਦੀ ਭਾਵਨਾ ਦਾ ਬਦਲਾ ਹੈ। ਇਹ ਦੋਵੇਂ ਪਾਸੇ ਹੈ। ਜੇ ਕੋਈ ਕਵੇ ਕਿ ਨਹੀਂ ਇੱਕ ਪਾਸਾ ਕਰੇ ਦੂਸਰਾ ਬਿਲਕੁਲ ਨਾ ਕਰੇ, ਐਸਾ ਨਹੀਂ ਹੋ ਸਕਦਾ। ਇਸੇ ਲਈ ਪਾਤਸ਼ਾਹ ਨੇ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਵੀ ਇਹ ਜ਼ਰੂਰੀ ਕਰਾਰ ਦਿੱਤਾ। ਜਾਂ ਫਿਰ ਜਾਣੇ ਆਪਣੇ ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵਦੀਆਂ ਸੇਈ ਕਰਮ ਕਰੇ। ਸਹਿਜੇ ਸਾਚ ਮਿਲਾ ਬੜਾ ਸਾਚ ਵਡਾਈ ਦੇ। ਇਸ ਤਰ੍ਹਾਂ ਸਹਿਜੇ ਹੀ ਸੱਚ ਦੇ ਨਾਲ, ਸੱਚੇ ਮਾਲਕ ਦੇ ਨਾਲ ਉਸਦਾ ਮੇਲ ਹੋ ਜਾਂਦਾ। ਅਤੇ ਜਦੋਂ ਕਿਸੇ ਦਾ ਸੱਚੇ ਮਾਲਕ ਨਾਲ ਮੇਲ ਹੋ ਜਾਏ, ਫਿਰ ਉਸਨੂੰ ਉਹ ਸੱਚਾ ਵਡਿਆਈ ਦਿੰਦਾ, ਮਾਣ ਦਿੰਦਾ। ਮੈਂ ਤਾਂ ਕਈ ਵਾਰੀ ਸਹਿਜ ਸੁਭਾਅ ਕਹਿੰਦਾ, ਦੇਖੋ ਇੱਕ ਅਫਸਰ ਹੈ, ਉਸਨੇ ਅਫਸਰੀ ਦੀ ਪਦਵੀ ਪ੍ਰਾਪਤ ਕਰਨ ਲਈ ਕਿੰਨੀਆਂ ਮਿਹਨਤਾਂ ਕੀਤੀਆਂ ਹਨ, ਕਿੰਨੀਆਂ ਪੜ੍ਹਾਈਆਂ ਕੀਤੀਆਂ ਹਨ, ਕਿਤਨੀਆਂ ਉਸਨੇ ਟ੍ਰੇਨਿੰਗਾਂ ਪਾਸ ਕੀਤੀਆਂ ਨੇ, ਪਰ ਜਿਹੜੀ ਇਸਤਰੀ ਉਹਦੇ ਨਾਲ ਜੀਵਨ ਸਾਥਣ ਬਣ ਜਾਏ, ਉਸ ਨੂੰ ਉਸੇ ਦਿਨ ਉਹ ਪਦਵੀ ਪ੍ਰਾਪਤ ਹੋ ਜਾਂਦੀ। ਕੋਈ ਥਾਣੇਦਾਰ ਹੈ ਅਤੇ ਉਹਦੀ ਘਰਵਾਲੀ ਸਹਿਜੇ ਹੀ ਥਾਣੇਦਾਰ ਨਹੀਂ ਬਣ ਜਾਂਦੀ, ਉਹਨੇ ਉਹਦੇ ਵਾਂਗੂ ਉਹ ਟ੍ਰੇਨਿੰਗਾਂ ਨਹੀਂ ਕੀਤੀਆਂ, ਉਹਨੂੰ ਉਸ ਤਰ੍ਹਾਂ ਦੀ ਮਿਹਨਤ ਨਹੀਂ ਕਰਨੀ ਪਈ। ਸੱਚਮੁੱਚ ਇਸੇ ਤਰ੍ਹਾਂ ਜਦੋਂ ਕੋਈ ਉਸ ਪਰਮਾਤਮਾ ਪਤੀ ਨੂੰ ਆਪਣਾ ਤਨ ਮਨ ਅਰਪਣ ਕਰ ਦਿੰਦਾ, ਫਿਰ ਸਹਿਜੇ ਸਾਚ ਮਿਲਾ ਵੜਾ ਸਾਚ ਵਡਾਈ ਦੇ। ਤਾਂ ਤੇ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਭਾਈ ਰੇ ਗੁਰਬਿਨ ਭਗਤ ਨਾ ਹੋਏ। ਗੁਰੂ ਦੀ ਦੱਸੀ ਹੋਈ ਜਾਚ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਏ। ਜੇ ਹਰ ਕੋਈ ਚਾਹੇ ਕਿ ਮੈਂ ਭਗਤੀ ਕਰਨ ਲੱਗ ਪਵਾਂ, ਨਹੀਂ, ਬਿਨਾਂ ਗੁਰੂ ਦੇ ਦੱਸੇ ਤੋਂ, ਬਿਨਾਂ ਗੁਰੂ ਦੇ ਮਾਰਗ ਦਰਸ਼ਨ ਕੀਤੇ ਤੋਂ ਭਗਤੀ ਨਹੀਂ ਹੁੰਦੀ। ਹੁਣ ਗੁਰੂ ਅਮਰਦਾਸ ਜੀ ਦਾ ਜੀਵਨ ਸਾਡੇ ਸਾਹਮਣੇ ਹੈ। ਉਹ
ਲਗਾਤਾਰ ਸਾਲਾਂ ਸਾਲ ਗੰਗਾ ਦੀ ਯਾਤਰਾ ਕਰਨ ਜਾਂਦੇ ਰਹੇ, ਦਾਨ ਪੁੰਨ ਕਰਦੇ ਰਹੇ। ਤੀਰਥ ਯਾਤਰਾ ਜਾਣਾ ਬੜਾ ਚੰਗਾ ਕੰਮ ਸਮਝਿਆ ਜਾਂਦਾ ਸੀ, ਪਰ ਮਨ ਨੂੰ ਸ਼ਾਂਤੀ ਨਹੀਂ ਮਿਲੀ। ਸ਼ਾਂਤੀ ਕਦੋਂ ਮਿਲੀ? ਜਦੋਂ ਧੰਨ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਆ ਕੇ ਨਿਰੰਤਰ 12 ਸਾਲ ਸੇਵਾ ਕੀਤੀ ਅਤੇ ਆਪਣਾ ਆਪ ਮਿਟਾ ਦਿੱਤਾ। ਫਿਰ ਉਹਨਾਂ ਦਾ ਇਹ ਅਨੁਭਵ, ਇਹ ਤਜਰਬਾ, ਇਹ ਕਥਨ ਕਿਤਨਾ ਪੱਥਰ 'ਤੇ ਲੀਕ 16 ਨੇ ਠੀਕ ਹੈ। ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ ਰਹਾਉ। ਲੱਖ 84 ਫੇਰ ਪਿਆ ਕਾਮਣ ਦੂਜੈ ਭਾਏ। ਲੱਖ 84, ਕਿਉਂਕਿ 84 ਲੱਖ ਜੂਨ ਹੈ। ਬਿਨਾਂ ਗੁਰੂ ਦੇ ਦੱਸੇ ਰਾਹ ਤੋਂ ਚੱਲਿਆਂ ਇਹ ਜੀਵ ਇਸਤਰੀ ਕਾਮਣ ਦੂਜੇ ਭਾਏ, ਭਾਵ ਮਾਇਆ ਦੇ ਮੋਹ ਵਿੱਚ ਫਸ ਕੇ 84 ਲੱਖ ਜੂਨੀਆਂ ਦੇ ਚੱਕਰ ਵਿੱਚ ਪਈ ਰਹਿੰਦੀ। ਲੱਖ 84 ਫੇਰ ਪਿਆ ਕਾਮਣ ਦੂਜੇ ਭਾਏ, ਬਿਨ ਗੁਰ ਨੀਂਦ ਨਾ ਆਵੇ, ਦੁਖੀ ਰਹਿਣ ਵਿਹਾਏ। ਇੱਥੇ ਰਹਿਣ ਦਾ ਮਤਲਬ ਜੀਵਨ ਰੂਪੀ ਰਾਤ ਉਹਦੀ ਦੁੱਖਾਂ ਵਿੱਚ ਹੀ ਬਤੀਤ ਹੋ ਜਾਂਦੀ, ਔਰ ਬਿਨਾਂ ਗੁਰੂ ਦੇ ਦੱਸੇ ਰਾਹ ਤੋਂ ਨੀਂਦ ਨਾ ਆਵੇ ਉਹਨੂੰ, ਭਾਵ ਉਹ ਸ਼ਾਂਤੀ ਵਾਲੀ ਜ਼ਿੰਦਗੀ ਨਹੀਂ ਪ੍ਰਾਪਤ ਹੁੰਦੀ, ਜਿਸ ਨੂੰ ਆਪਾਂ ਅਡੋਲਤਾ ਕਹਿੰਦੇ ਹਾਂ, ਜਿਸ ਨੂੰ ਆਪਾਂ ਸਹਿਜ ਅਵਸਥਾ ਕਹਿੰਦੇ ਹਾਂ, ਜਿਸ ਨੂੰ ਭਟਕਣਾ ਰਹਿਤ ਅਵਸਥਾ ਕਹਿੰਦੇ ਹਾਂ, ਉਹ ਬਿਨਾਂ ਗੁਰੂ ਦੇ ਦੱਸੇ ਰਾਹ ਤੋਂ ਨਹੀਂ ਪ੍ਰਾਪਤ ਹੁੰਦੀ। ਬਿਨ ਸ਼ਬਦ ਹੈ ਪਿਰ ਨਾ ਪਾਈ ਹੈ, ਬਿਰਥਾ ਜਨਮ ਗਵਾਏ। ਹੁਣ ਕਈ ਲੋਕ ਸ਼ਬਦ 'ਤੇ ਆ ਕੇ ਫਸ ਜਾਂਦੇ, ਉਹ ਕਿਹੜਾ ਸ਼ਬਦ ਹੈ? ਭਾਈ ਜਿਹੜੀ ਗੁਰੂ ਦੀ ਦੱਸੀ ਹੋਈ ਜੀਵਨ ਜਾਚ ਹੈ ਉਹੀ ਸ਼ਬਦ ਹੈ, ਔਰ ਗੁਰੂ ਦੇ ਸ਼ਬਦ ਉਪਦੇਸ਼ ਸਿੱਖਿਆ ਤੋਂ ਬਿਨਾਂ। ਬਿਨ ਸ਼ਬਦ ਹੈ ਪਿਰ ਨਾ ਪਾਈ ਹੈ, ਪਰਮਾਤਮਾ ਪਤੀ ਦਾ ਮਿਲਾਪ ਨਹੀਂ ਹੁੰਦਾ, ਔਰ ਬਿਨਾਂ ਗੁਰੂ ਦੇ ਦੱਸੇ ਰਾਹ 'ਤੇ ਚੱਲੇ ਤੋਂ ਬਿਰਥਾ ਜਨਮ ਗਵਾਏ। ਇਹ ਜਨਮ ਮਨੁੱਖਾ ਜਿਹੜਾ ਹੈ ਇਹ ਬਿਰਥਾ ਚਲਾ ਜਾਂਦਾ। ਬਿਰਥਾ ਦਾ ਮਤਲਬ ਹੈ ਅਕਾਰਥ, ਫਜ਼ੂਲ। ਜਿਸ ਕੰਮ ਲਈ ਸਾਨੂੰ ਮਨੁੱਖਾ ਜਨਮ ਮਿਲਿਆ, ਜੇ ਉਹ ਕੰਮ ਨਹੀਂ ਹੋ ਸਕਿਆ ਤਾਂ ਫਿਰ ਬਾਕੀ ਸਾਡਾ ਜੀਵਨ ਬਿਰਥਾ ਚਲਾ ਗਿਆ। ਗੁਰਬਾਣੀ ਵਿੱਚ ਪਾਤਸ਼ਾਹ ਤੇ ਵਾਰ ਵਾਰ ਸਮਝਾਉਂਦੇ ਨੇ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ। ਤ੍ਰਿਗ ਦਾ ਮਤਲਬ ਹੈ ਫਿਟਕਾਰ ਯੋਗ। ਲੱਖ ਲਾਨਤ ਉਸ ਖਾਣ ਨੂੰ, ਉਸ ਸੌਣ ਨੂੰ, ਉਸ ਪਹਿਨਣ ਨੂੰ ਅਤੇ ਕੱਪੜੇ ਹੰਢਾਉਣ ਨੂੰ ਤਥਾ ਪਰਿਵਾਰ ਦੀਆਂ ਖੁਸ਼ੀਆਂ ਮਾਣਨ ਨੂੰ ਲੱਖ ਲਾਨਤ ਕਿਹਾ, ਫਿਟਕਾਰ ਯੋਗ। ਤੋ ਇਸੇ ਤਰ੍ਹਾਂ ਜੇ ਆਪਣੇ ਮਨੁੱਖਾ ਜਨਮ ਵਿੱਚ ਪਰਮਾਤਮਾ ਪਤੀ ਨੂੰ ਪ੍ਰਾਪਤ ਨਹੀਂ ਕੀਤਾ ਤਾਂ ਬਿਰਥਾ ਜਨਮ ਗਵਾਏ। ਹਉਂ ਹਉਂ ਕਰਤੀ ਜਗ ਫਿਰੀ, ਨਾ ਧਨ ਸੰਪੈ ਨਾਲ। ਦੇਖਣ ਵਿੱਚ ਆਉਂਦਾ ਹੈ ਕਿ ਸਾਰੀ ਸ੍ਰਿਸ਼ਟੀ ਮੈਂ ਕਰਦੀ ਫਿਰ ਰਹੀ, ਮੇਰਾ ਧਨ, ਮੇਰੀ ਸੰਪਤੀ, ਮੇਰੀ ਦੌਲਤ, ਮੇਰੀ ਜ਼ਮੀਨ, ਮੇਰੀ ਜਾਇਦਾਦ। ਹਉਂ ਹਉਂ ਕਰਤੀ ਜਗ ਫਿਰੀ, ਸੰਸਾਰ ਵਿੱਚ ਭਟਕ ਰਹੀ, ਨਾ ਧਨ ਸੰਪੈ ਨਾਲ। ਅਤੇ ਜਿਸ ਨੂੰ ਆਪਣਾ ਕਹਿ ਰਹੀ ਹੈ ਵੀ ਇਹ ਮੇਰਾ ਧਨ ਦੌਲਤ, ਇਹ ਮੇਰੀ ਸੰਪਤੀ, ਇਹਦੇ ਨਾਲ ਵੀ ਨਹੀਂ ਜਾਂਦੀ। ਜਦੋਂ ਜੀਵ ਇਸਤਰੀ ਸੰਸਾਰ ਤੋਂ ਕੂਚ ਕਰਦੀ ਹੈ, ਜਿਨ੍ਹਾਂ ਚੀਜ਼ਾਂ ਨੂੰ ਸਾਰੀ ਉਮਰ ਆਪਣਾ ਕਹਿੰਦੀ ਰਹੀ, ਆਪਣਾ ਕਹਿ ਕਹਿ ਕੇ ਜੱਫੇ ਮਾਰਦੀ ਰਹੀ, ਉਹਨਾਂ ਵਿੱਚੋਂ ਕੋਈ ਵੀ ਚੀਜ਼ ਇਸ ਦੇ ਨਾਲ ਨਹੀਂ ਚੱਲਦੀ। ਹਉਂ ਹਉਂ ਕਰਤੀ ਜਗ ਫਿਰੀ, ਨਾ ਧਨ ਸੰਪੈ ਨਾਲ। ਅੰਧੀ ਨਾਮ ਨਾ ਚੇਤਈ, ਸਭਾ ਦੀ ਜਮਕਾਲ। ਅੰਧੀ ਦਾ ਮਤਲਬ ਗਿਆਨਹੀਨ। ਇਹ ਅਗਿਆਨੀ ਜੀਵ ਇਸਤਰੀ ਨਾਮ ਨਾ ਚੇਤੇ, ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕਰਦੀ, ਅਤੇ ਜੋ ਕੁਝ ਵੀ ਕਰਦੀ ਹੈ ਸਭਾ ਦੀ ਜਮਕਾਲ, ਇਹ ਜਮ ਦੀ ਫਾਹੀ ਵਿੱਚ ਫਸਣ ਦੇ ਤਰੀਕੇ ਕਰ ਰਹੀ।
ਸੱਚਮੁੱਚ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਆਪਣਾ ਆਪਣਾ ਸਮਝ ਕੇ ਜੱਫੇ ਮਾਰਦੇ ਹਾਂ ਉਹ ਸਾਡੇ ਲਈ ਮੁਸੀਬਤਾਂ ਦਾ ਕਾਰਨ ਬਣ ਜਾਂਦੇ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਜਿਨ੍ਹਾਂ ਪਦਾਰਥਾਂ ਨੂੰ ਮਿੱਠਾ ਕਰਕੇ ਖਾਂਦੀ ਰਹੀ ਉਹਨਾਂ ਦਾ ਰਿਜ਼ਲਟ ਬਹੁਤ ਮਾੜਾ ਨਿਕਲਿਆ। 12ਵਾਂ ਬਾਣੀ ਨੂੰ ਕਦੇ ਧਿਆਨ ਨਾਲ ਪੜ੍ਹੀਏ, ਉਸ ਵਿੱਚ ਪਾਤਸ਼ਾਹ ਇੱਕ ਹੀ ਗੱਲ ਸਮਝਾਉਂਦੇ ਨੇ, ਭਾਈ ਜਿਨ੍ਹਾਂ ਚੀਜ਼ਾਂ ਨੂੰ ਆਪਣਾ ਸਮਝ ਕੇ ਜੱਫਾ ਮਾਰਦੇ ਰਹੇ, ਜਿਨ੍ਹਾਂ ਕਰਕੇ ਪਰਮਾਤਮਾ ਨੂੰ ਭੁਲਾਈ ਰੱਖਿਆ, ਜਦੋਂ ਅੰਤ ਸਮਾਂ ਆਇਆ ਉਹਨਾਂ ਵਿੱਚੋਂ ਕਿਸੇ ਨੇ ਸਾਥ ਨਹੀਂ ਦਿੱਤਾ, ਜਿਨ੍ਹਾਂ ਨੂੰ ਆਪਣਾ ਆਪਣਾ ਕਹਿ ਕੇ ਸਾਰੀ ਉਮਰ ਗਵਾ ਦਿੱਤੀ। ਭਗਤ ਕਬੀਰ ਜੀ ਨੇ ਵੀ ਕਿਹਾ ਨਾ, ਹੇ ਜੀਵ ਭੁਲੇਖਾ ਨਾ ਖਾ, ਤੂੰ ਕਈ ਤਰ੍ਹਾਂ ਦੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਗ ਕੋਈ ਪਾਣੀ ਉਹ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ, ਹਾਂ ਹਾਂ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ, ਅੰਧੀ ਨਾਮ ਨਾ ਚੇਤਈ ਸਭ ਆਦੀ ਜਮਕਾਰ, ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸਵਾਰ। ਪਰ ਜਦੋਂ ਸਤਿਗੁਰ ਮਿਲਿਆ, ਇਹਨੂੰ ਮਿਲੀਆ ਨਹੀਂ ਪੜ੍ਹਨਾ, ਮਿਲਿਆ ਮਿਲਣ ਕਰਕੇ, ਜਦੋਂ ਸਤਿਗੁਰੂ ਦਾ ਮਿਲਾਪ ਹੋ ਗਿਆ, ਜਦੋਂ ਸਤਿਗੁਰੂ ਨੇ ਜੀਵਨ ਦਾ ਰਾਹ ਸਮਝਾ ਦਿੱਤਾ, ਫਿਰ ਇਸ ਨੂੰ ਪਰਮਾਤਮਾ ਦਾ ਨਾਮ ਰੂਪੀ ਧਨ ਪਾਇਆ। ਹੁਣ ਦੇਖੋ ਉਹ ਵੀ ਦੁਨਿਆਵੀ ਵੀ ਧਨ ਹੈ, ਪਰ ਇਸ ਪਰਮਾਤਮਾ ਦੇ ਨਾਮ ਨੂੰ ਸੱਚਾ ਧਨ ਕਿਹਾ। ਗੁਰਬਾਣੀ ਵਿੱਚ ਦੋਹਾਂ ਰੰਗਾਂ ਦਾ ਜ਼ਿਕਰ ਹੈ, ਦੋਹਾਂ ਧਨਾਂ ਦਾ ਜ਼ਿਕਰ ਹੈ। ਇੱਕ ਹੈ ਕੱਚੇ ਰੰਗ ਵਾਲਾ ਕਸੁੰਭਾ ਰੰਗ, ਇੱਕ ਹੈ ਮਜੀਠ ਰੰਗ। ਤੂੰ ਕਹਿੰਦੇ ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸੰਭਾਲ, ਸਤਿਗੁਰੂ ਦੇ ਮਿਲਾਪ ਕਰਕੇ, ਸਤਿਗੁਰੂ ਦੇ ਦੱਸੇ ਰਾਹ 'ਤੇ ਚੱਲਣ ਕਰਕੇ ਨਾਮ ਰੂਪੀ ਧਨ ਦੀ ਪ੍ਰਾਪਤੀ ਹੋਈ। ਅਤੇ ਜਦੋਂ ਪ੍ਰਾਪਤੀ ਹੋਈ ਫਿਰ ਇਹੀ ਜੀਵ ਆਪਣੇ ਹਿਰਦੇ ਵਿੱਚ ਉਹਨੂੰ ਸੰਭਾਲਦਾ, ਚੇਤੇ ਕਰਦਾ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਕਹਿੰਦਾ ਇਹ ਚੀਜ਼ ਹੈ ਜੋ ਮੇਰੇ ਨਾਲ ਨਿਭਣ ਵਾਲੀ ਹੈ। ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿ ਸੁਭਾਏ, ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਜਿਹੜੇ ਨਾਮ ਵਿੱਚ ਰਤੇ, ਨਾਮ ਦੇ ਮੰਮੇ ਨੂੰ ਸਿਆਰੀ ਹੈ, ਜਿਹੜੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਗਏ ਉਹ ਨਿਰਮਲੇ ਹੋ ਗਏ। ਨਿਰਮਲੇ ਤੋਂ ਭਾਵ ਮੈਲ ਤੋਂ ਰਹਿਤ ਹੋ ਗਏ, ਉਹਨਾਂ ਦੇ ਅੰਦਰੋਂ ਸਵਾਰਥ ਦੀ ਭਾਵਨਾ ਮੁੱਕ ਗਈ, ਉਹਨਾਂ ਦੇ ਅੰਦਰੋਂ ਹਉਮੈ ਦੀ ਭਾਵਨਾ ਮੁੱਕ ਗਈ, ਉਹ ਇਹਨਾਂ ਸੰਸਾਰੀ ਪਦਾਰਥਾਂ ਵਾਸਤੇ ਫਿਰ ਤੜਫਦੇ ਨਹੀਂ। ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ, ਕਿਉਂਕਿ ਗੁਰੂ ਦੇ ਘਰ ਵਿੱਚ ਗੁਰੂ ਦੇ ਦੱਸੇ ਰਾਹ 'ਤੇ ਚੱਲਦਿਆਂ ਸਹਿਜ ਸੁਭਾਏ, ਪਤਾ ਵੀ ਨਹੀਂ ਲੱਗਦਾ ਕਦੋਂ ਭੈੜੀਆਂ ਆਦਤਾਂ ਛੁੱਟ ਜਾਂਦੀਆਂ ਨੇ, ਕਦੋਂ ਕਿਸੇ ਨਾਲ ਹੇਰਾ ਫੇਰੀ ਕਰਨ ਦਾ ਸੁਭਾਅ ਹੀ ਮੁੱਕ ਜਾਂਦਾ, ਕਿਉਂਕਿ ਗੁਰੂ ਸਾਹਿਬ ਨੇ ਤਾਂ ਜੀਵਨ ਦੇ ਸਿਧਾਂਤ ਹੀ ਐਸੇ ਦੱਸੇ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਜਦੋਂ ਇਹਨਾਂ ਤਿੰਨਾਂ ਗੁਣਾਂ ਦਾ ਮਨੁੱਖ ਧਾਰਨੀ ਹੋ ਜਾਂਦਾ, ਫਿਰ ਉਹ ਆਪਣੀ ਧਰਮ ਦੀ ਕਿਰਤ ਕਰਦਾ, ਧਰਮ ਦੀ ਕਿਰਤ ਕਰਕੇ ਉਹਦੇ 'ਚੋਂ ਦਸਵੰਧ ਕੱਢਦਾ, ਫਿਰ ਉਹ ਨਾਮ ਜਪਦਾ, ਫਿਰ ਉਹ ਲੋੜਵੰਦਾਂ ਨਾਲ ਵੰਡ ਕੇ ਵੀ ਛਕਦਾ ਹੈ। ਤੋ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ, ਮਨ ਤਨ ਰਾਤਾ ਰੰਗ ਸਿਉਂ ਰਸਨਾ ਰਸਨ ਰਸਾਏ, ਫਿਰ ਉਹਦਾ ਮਨ ਅਤੇ ਤਨ ਰਾਤਾ ਰੰਗ ਸਿਉਂ ਪਰਮਾਤਮਾ ਦੇ ਪਿਆਰ ਪ੍ਰੇਮ ਵਿੱਚ ਰੰਗਿਆ ਜਾਂਦਾ, ਔਰ ਐਸਾ ਰੰਗਿਆ ਜਾਂਦਾ ਫਿਰ ਰਸਨਾ ਰਸਨ ਰਸਾਏ। ਇਹ ਜਿਹੜੀ ਜੀਭਾ ਹੈ ਇਹ ਫਿਰ ਪਰਮਾਤਮਾ ਦੇ ਨਾਮ ਰੂਪੀ ਰਸ ਵਿੱਚ ਰਸਾਏ, ਰਸ ਵਿੱਚ ਲੱਗ ਜਾਂਦੀ। ਰਸਾਏ ਦਾ ਮਤਲਬ ਹੁੰਦਾ ਰਸ ਨਾਲ ਪੂਰੀ ਤਰ੍ਹਾਂ ਭਰ ਜਾਣਾ, ਜਿਵੇਂ ਹਲਵਾਈ ਮਠਿਆਈ ਤਿਆਰ ਕਰਦੇ ਨੇ, ਪਹਿਲਾਂ ਤਲ ਲੈਂਦੇ ਨੇ, ਫਿਰ ਉਹਦੇ ਉੱਤੇ ਖੰਡ ਗਲੇਫ ਦਿੰਦੇ ਨੇ, ਚਾੜ ਦਿੰਦੇ ਨੇ,
ਫਿਰ ਉਹਨੂੰ ਖੰਡ ਵਿੱਚ ਕਾਫੀ ਦੇਰ ਤੱਕ ਡੁਬੋ ਕੇ ਰੱਖਦੇ ਨੇ, ਫਿਰ ਉਹਦੇ ਵਿੱਚ ਰਸ ਭਰ ਜਾਂਦਾ। ਆਖਿਆ ਇਸੇ ਤਰ੍ਹਾਂ ਮੰਤਨ ਰਤਾ ਰੰਗ ਸਿਉਂ ਰਸਨਾ ਰਸਨ ਰਤਾਏ, ਫਿਰ ਉਹਨਾਂ ਦੀ ਰਸਨਾ ਤੋਂ ਕਦੇ ਫਿੱਕੇ ਬੋਲ ਨਹੀਂ ਨਿਕਲਦੇ, ਫਿਰ ਉਹ ਸਦਾ ਮਿੱਠਾ ਬੋਲਦੇ ਨੇ। ਜਦੋਂ ਵੀ ਸਹਿਜ ਸੁਭਾਏ ਬੋਲਦੇ ਨੇ, ਪਰਮਾਤਮਾ ਦਾ ਨਾਮ ਹੀ ਉਚਾਰਨ ਕਰਦੇ ਨੇ। ਫਿਰ ਸੌਂਦੇ ਵਾਹ ਵਾਹ ਉਚਰੈ, ਉੱਠਦੇ ਵੀ ਵਾਹ ਕਰੇਨ, ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇਨ। ਅਖੀਰਲੀ ਪੰਕਤੀ 'ਚ ਮਹਾਰਾਜ ਕਹਿੰਦੇ, ਨਾਨਕ ਰੰਗ ਨਾ ਉਤਰੈ ਜੋ ਹਰ ਤੁਰ ਛੋਡਿਆ ਲਾਏ। ਨਾਨਕ ਜੀ ਫਰਮਾਉਂਦੇ ਨੇ ਉਹਨਾਂ ਵਡਭਾਗੀ ਮਨੁੱਖਾਂ ਤੋਂ, ਫਿਰ ਕਦੇ ਵੀ ਪਰਮਾਤਮਾ ਦਾ ਨਾਮ ਰੂਪੀ ਰੰਗ ਨਹੀਂ ਉਤਰਦਾ। ਜੋ ਜਿਹੜਾ ਰੰਗ ਹਰ ਹਰੀ ਨੇ ਤੁਰ ਛੋਡਿਆ ਲਾਏ, ਤੁਰੋਂ ਕਿਰਪਾ ਕਰ ਦਿੱਤੀ। ਇਸ ਨੂੰ ਪੱਕਾ ਮਜੀਠ ਦਾ ਰੰਗ ਵੀ ਕਿਹਾ, ਇਹਨੂੰ ਲਾਲ ਰੰਗ ਵੀ ਕਿਹਾ। ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਧਾਗਾ, ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸੱਚ। ਆਓ ਗੁਰਮੁਖ ਪਿਆਰਿਓ, ਸਭ ਜੀਆਂ ਨੂੰ ਪ੍ਰੇਰਨਾ ਹੈ ਗੁਰੂ ਦੇ ਦੱਸੇ ਰਾਹ 'ਤੇ ਚੱਲੋ, ਬਾਹਰ ਭਟਕਣਾ ਛੱਡੋ ਅਤੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨਾ ਕਰੀਏ।